ਕੀ ਹਾਲ ਚਾਲ ਹੈ ਤੁਹਾਡਾ, ਸਵਾਗਤ ਹੈ ਤੁਹਾਡੇ ਆਪਣੇ PV08 ਵਾਲੇ ਯੂਟਿਊਬ ਚੈਨਲ 'ਤੇ। ਵੀਰੋ ਅੱਜ ਜਾਵਾਂਗੇ ਆਪਾਂ ਮੰਡੀ ਦੇ ਵਿੱਚ, ਠੀਕ ਹੈ ਜੀ, ਜਿਹੜੀ ਗ੍ਰਾਮ ਅਤੇ ਰੁੜਕੇ ਨੂੰ ਲੱਗਦੀ ਆ, ਠੀਕ ਹੈ ਜੀ। ਕਈ ਪਿੰਡ ਉੱਥੋਂ ਸਬਜ਼ੀਆਂ ਲੈ ਕੇ ਜਾਂਦੇ ਆ, ਜਿੱਦਾਂ ਬੜਾ ਪਿੰਡ ਹੋ ਗਿਆ, ਧਲੇਟਾ ਹੋ ਗਿਆ, ਮਾਲਾ ਹੋ ਗਿਆ, ਢੇਸੀਆਂ ਹੋ ਗਿਆ, ਠੀਕ ਹੈ ਜੀ। ਹੋਰ ਵੀ ਕਈ ਪਿੰਡ ਆ ਜਿਹੜੇ ਸਬਜ਼ੀਆਂ ਲੈ ਕੇ ਜਾਂਦੇ ਆ, ਉਹ ਰੁੜਕੇ ਦੇ ਤਾਂ ਗ੍ਰਾਂ ਦੇ ਗੱਭੇ ਪੈਂਦੀ ਆ, ਠੀਕ ਹੈ ਜੀ। ਅਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਠੀਕ ਹੈ ਜੀ। ਨਵੀਂ ਨਵੀਆਂ ਹੁਣ ਪਲੇਸ ਵੀ ਤੁਹਾਨੂੰ ਘੁੰਮਣ ਫਿਰਨ ਵਾਲੀਆਂ ਜਿਹੜੀਆਂ ਚੀਜ਼ਾਂ ਲੋਕ ਜਾਂਦੇ ਆ ਜਿੱਥੇ ਘੁੰਮਣ, ਉਹ ਵੀ ਤੁਹਾਨੂੰ ਦਿਖਾਇਆ ਕਰਾਂਗੇ। ਤੁਹਾਡੀ ਸਪੋਰਟ ਦੀ ਲੋੜ ਹੈ, ਤੁਹਾਡੀ ਸਪੋਰਟ ਹੋਊਗੀ ਤਾਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਗਾਂ ਚੈਨਲ 'ਤੇ ਮਿਲੂਗੀਆਂ, ਠੀਕ ਹੈ ਜੀ, ਜਿੱਥੇ ਲੋਕ ਘੁੰਮਣ ਜਾਂਦੇ ਆ ਜਾਂ ਹੋਰ, ਹੈ ਨਾ। ਤੁਹਾਡੀ ਸਪੋਰਟ ਦੇ ਨਾਲ ਵੀਰੋ ਸਾਰਾ ਕੁਛ ਹੋਊਗਾ, ਠੀਕ ਹੈ ਜੀ। ਪਲੀਜ਼ ਸਪੋਰਟ ਕਰੋ, ਤੁਹਾਡੀ ਸਪੋਰਟ ਦੀ ਬਹੁਤ ਲੋੜ ਆ, ਠੀਕ ਹੈ ਜੀ। ਅਤੇ ਬਣੇ ਰਹੋ ਬਲੌਗ ਦੇ ਵਿੱਚ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿੱਦਾਂ ਦਾ ਬਲੌਗ ਬਣਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਤੁਹਾਡਾ ਸਵਾਗਤ ਆ ਤੁਹਾਡੇ ਆਪਣੇ PV08 ਵਾਲੇ ਯੂਟਿਊਬ ਚੈਨਲ 'ਤੇ। ਵੀਰੋ ਅੱਜ ਤੁਹਾਨੂੰ ਦਿਖਾ ਲਾਂਗੇ ਗ੍ਰਾਂ ਅਤੇ ਰੁੜਕੇ ਨੂੰ ਲੱਗਦੀ ਮੰਡੀ, ਠੀਕ ਹੈ ਜੀ, ਸਬਜ਼ੀ ਮੰਡੀ ਸਾਰੀ ਤੁਹਾਨੂੰ ਦਿਖਾ ਲਾਂਗੇ ਵਿੱਚੋਂ, ਠੀਕ ਹੈ ਜੀ। ਇਹ ਆਪਾਂ ਮੰਡੀਆਂ ਨੂੰ ਜਾਂਦੇ ਪਏ ਹਾਂ, ਠੀਕ ਹੈ ਜੀ। ਗੇਟ ਦੇ ਵਿੱਚੋਂ ਆਪਾਂ ਬਣ ਕੇ, ਤੁਸੀਂ ਗੇਟ ਦੇਖਿਆ ਹੋਣਾ, ਹੈ ਨਾ, ਸਾਰਾ ਹੀ ਮੂਹਰੇ ਸਬਜ਼ੀ ਮੰਡੀ ਆ, ਉਹ ਤੁਹਾਨੂੰ ਦੱਸਦੀ ਹੋਈ ਸਬਜ਼ੀ ਮੰਡੀ, ਠੀਕ ਹੈ ਜੀ। ਅਤੇ ਇੱਧਰ ਹੀ ਆਪਣੇ ਟਰੱਕਾਂ ਦੀ ਵਾਲੀ ਜਿਹੜੀ ਹੁੰਦੀ ਆ, ਜਿੱਦਾਂ ਕਹਿ ਦਈਏ ਆਪਾਂ ਟਰੰਕ ਯੂਨੀਅਨ ਵੀ ਇੱਧਰ ਹੀ ਆ, ਠੀਕ ਹੈ ਜੀ। ਜਿੱਦਾਂ ਟਰੱਕ ਟਰੁੱਕ ਕਿਸੇ ਨੇ ਕਿਰਾਏ 'ਤੇ ਜਿਹੜਾ ਸਮਾਨ ਸਮੂਹ ਢੋਣ ਲੈ ਕੇ ਜਾਣਾ, ਉਹ ਵੀ ਇੱਥੇ ਹੀ ਹੁੰਦਾ ਨਾ, ਜਿੱਦਾਂ ਦਾਣੇ ਵਗੈਰਾ ਜਾਂ ਹੋਰ ਟਰੱਕ ਆਹ ਸਬਜ਼ੀ ਮੰਡੀ ਉੱਥੇ ਸ਼ੁਰੂ ਹੋ ਜਾਂਦੀ ਆ ਵੀਰੋ, ਠੀਕ ਹੈ ਜੀ। ਅਤੇ ਸਾਰਾ ਹੀ ਸਾਨੂੰ ਸਾਹਮਣੇ ਆ ਸਬਜ਼ੀ ਮੰਡੀ ਆ ਸਾਰੀ ਛੋਟੀ ਜੀ, ਠੀਕ ਹੈ ਜੀ। ਗ੍ਰਾਂ ਸ਼ਹਿਰ ਦੀ ਜਿੰਨੇ ਵੀ ਆਲੇ ਦੁਆਲੇ ਵਾਲੇ ਵੀਰ ਆ, ਸਾਰੇ ਇੱਥੋਂ ਸਬਜ਼ੀ ਲੈ ਕੇ ਆਉਂਦੇ ਆ। ਟਰੱਕ ਯੂਨੀਅਨ ਆ ਵੀਰੋ, ਸਾਰੀ ਉਹ ਪਿੱਛੇ ਤੱਕ ਟਰੱਕ ਯੂਨੀਅਨ ਆ, ਠੀਕ ਹੈ ਜੀ। ਇਹ ਆ ਸਬਜ਼ੀ ਮੰਡੀ, ਇੱਥੇ ਤਾਜ਼ੀਆਂ ਸਬਜ਼ੀਆਂ ਮਿਲਦੀਆਂ, ਠੀਕ ਹੈ ਜੀ। ਰੋਜ਼ ਹੀ ਸਬਜ਼ੀਆਂ ਤਾਜ਼ੀਆਂ ਆਉਂਦੀਆਂ ਇੱਥੋਂ ਸਵੇਰ ਦੇ ਸਵੇਰੇ, ਠੀਕ ਹੈ ਜੀ। ਰਾਤ ਤੱਕ ਮੰਡੀ ਲੱਗਦੀ ਆ 8 ਵਜੇ ਤੱਕ, 7 ਵਜੇ 8 ਵਜੇ ਤੱਕ ਲੱਗਦੀ ਵੀਰੋ, ਠੀਕ ਹੈ ਜੀ। ਅਤੇ ਆਲੇ ਦੁਆਲੇ ਜਿੰਨੇ ਪਿੰਡ ਆ, ਮਾਲਾਂ, ਧਲੇਤਾ, ਬੜਾ ਪਿੰਡ, ਗ੍ਰਾਂ ਸ਼ਹਿਰ, ਰੁੜਕਾ, ਪੱਟਾ, ਮਾਲਾਂ, ਸਾਰੇ ਇੱਥੋਂ ਲਾਗੇ ਛਾਗੇ ਜਿੰਨੇ ਲੈ ਕੇ ਜਾਂਦੇ ਆ ਨਾ ਸਬਜ਼ੀ ਵਗੈਰਾ ਸਾਰੇ, ਠੀਕ ਹੈ ਜੀ। ਕਈ ਪਿੰਡਾਂ ਦੀ ਇੱਕ ਮੰਡੀ ਲੱਗਦੀ ਆ ਗ੍ਰਾਂ ਦੇ ਵਿੱਚ ਜਿਹੜੀ ਆ, ਠੀਕ ਹੈ ਜੀ। ਕਈ ਪਿੰਡਾਂ ਨੂੰ ਲੱਗਦੀ ਆ, ਇਹ ਸਾਰੀ ਸਬਜ਼ੀ ਮੰਡੀ ਆ ਵੀਰੋ, ਦੇਖੋ, ਠੀਕ ਹੈ ਜੀ। ਇਹ ਸਬਜ਼ੀਆਂ ਵਗੈਰਾ ਇੱਥੇ ਤਾਜ਼ੀਆਂ, ਬਹੁਤ ਫਰੈਸ਼ ਯਾਨੀ ਕਿ ਸਬਜ਼ੀਆਂ ਮਿਲਦੀਆਂ ਨਾ, ਜਿਹੜੇ ਵੇਲੇ ਮਰਜ਼ੀ ਚੱਲ ਜਾਓ, ਠੀਕ ਹੈ ਜੀ। ਰੋਜ਼ ਸਬਜ਼ੀਆਂ ਚੇਂਜ ਹੋ ਕੇ ਇੱਥੇ ਨਵੀਆਂ ਆਉਂਦੀਆਂ, ਠੀਕ ਹੈ ਜੀ। ਔਰ ਟਰੱਕ ਜੁਣੀਆਂ ਸਾਨੂੰ ਸਾਹਮਣੇ ਦਿਖਦੀ ਆ ਸਾਰੀ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਵੀਰੋ, ਠੀਕ ਹੈ ਜੀ। ਅਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਇੱਦਾਂ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਹੋਰ ਨਵੇਂ ਪਲੇਸ ਦਿਖਾਉਂਦੇ ਰਹਾਂਗੇ ਜਦੋਂ ਤੁਹਾਡੀ ਸਪੋਰਟ ਹੋਈ ਤਾਂ, ਠੀਕ ਹੈ ਜੀ। ਅਤੇ ਕਾਫੀ ਚੀਜ਼ਾਂ ਤੁਹਾਨੂੰ ਦਿਖਾਲਣੀਆਂ ਜਿਹੜੀਆਂ, ਠੀਕ ਹੈ ਜੀ, ਬਾਹਰ ਵੀ ਜਾਇਆ ਕਰਾਂਗੇ ਤੁਹਾਡੀ ਜੇ ਸਪੋਰਟ ਨਾ ਹੋਈ ਤਾਂ, ਠੀਕ ਹੈ ਜੀ। ਅਤੇ ਚੈਨਲ ਨੂੰ ਫੋਲੋ ਕਰੋ, ਠੀਕ ਹੈ ਜੀ। ਕਮੈਂਟ ਕਰਕੇ ਦੱਸਿਆ ਕਰੋ ਵੀਰੋ ਆਹ ਗਲਤੀ ਆ ਨਾ ਬੋਲਣ ਦੇ ਵਿੱਚ, ਜਾਂ ਆਹ ਚੀਜ਼ ਦਿਖਾ ਲਓ ਤੁਸੀਂ, ਮਾੜਾ ਮੋਟਾ ਆਈਡੀਆ ਦਿਆ ਕਰੋ, ਹਾਂ ਵੀ ਇੱਥੇ ਆਹ ਚੀਜ਼ ਦਿਖਾ ਲਿਆ ਕਰੋ, ਹੈ ਨਾ। ਅਤੇ ਜਾਇਆ ਕਰਾਂਗੇ ਹੁਣ ਵੀਰੋ ਆਪਾਂ ਬਾਹਰ, ਜਾਇਆ ਕਰਾਂਗੇ ਹੁਣ ਵੀਰੋ ਜਿਹੜੀਆਂ ਇਹ ਆਪਣੇ ਵਧੀਆ ਵਧੀਆ ਪਲੇਸ ਕੋਈ ਘੁੰਮਣ ਫਿਰਨੇ ਵਾਲੀਆਂ ਜਿਹੜੀਆਂ ਹੁੰਦੀਆਂ, ਉੱਦਾਂ ਉੱਥੇ ਜਾਇਆ ਕਰਾਂਗੇ, ਤੁਹਾਨੂੰ ਦਿਖਾ ਦਿਆ ਕਰਾਂਗੇ, ਬਲੌਗ ਵੀ ਅਤੇ ਲਾਈਵ ਵੀ ਪਾਇਆ ਕਰਾਂਗੇ, ਹੈ ਨਾ। ਸਾਰਾ ਹੀ ਕਰਿਆ ਮੈਂ ਹੁਣ, ਦੇਖਦੇ ਹਾਂ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਸਪੋਰਟ ਕਰੀ ਜਾਣੀ ਉੱਦਾਂ ਉੱਦਾਂ, ਠੀਕ ਹੈ ਜੀ। ਵਧੀਆ ਵਧੀਆ ਚੀਜ਼ਾਂ ਤੁਹਾਨੂੰ ਘੁੰਮਣ, ਕਿੱਥੇ ਪਲੇਸ ਘੁੰਮਣੇ ਵਾਲੀਆਂ ਉਹ ਤੁਹਾਨੂੰ ਦਿਖਾ ਦਿਆ ਕਰਾਂਗੇ। ਇਹ ਆ ਸਾਡੇ ਗ੍ਰਾਂ ਸ਼ਹਿਰ ਦੀ ਮੰਡੀ, ਠੀਕ ਹੈ ਜੀ। ਆ ਝੁੱਗੀਆਂ ਵਾਲੇ ਵਿਚਾਰੇ ਰਹਿੰਦੇ ਆ, ਕੰਮ ਕਰਨ ਆਉਂਦੇ ਹਰੇਕ ਸਾਲ ਮੇਰੇ ਗਿਆਨ ਨਾਲ, ਦਾਣੇ ਦੂਣੇ ਚੱਕਣ ਜਾਂ ਕਣਕ ਵਗੈਰਾ ਹੁੰਦੀ ਆ, ਉਹ ਸਾਰਾ ਕੁਛ ਇਹ ਕਰਨ ਆਉਂਦੇ, ਇੱਥੇ ਮੰਡੀ ਦੇ ਵਿੱਚ ਰਹਿੰਦੇ ਆ। ਆ ਦੇਖੋ ਬੈਠੇ ਆ ਇੱਧਰਲੀ ਸਾਈਡ 'ਤੇ ਵੀ, ਠੀਕ ਹੈ ਜੀ। ਅਤੇ ਕਣਕ ਅਤੇ ਦਾਣੇ ਆਹ ਥੱਲੇ ਪਏ ਆ ਨਾ, ਦਾਣੇ ਆ, ਠੀਕ ਹੈ ਜੀ। ਅਤੇ ਮੱਕੀ ਵੀ ਹੁੰਦੀ ਜਿਹੜੀ, ਉਹ ਵੀ ਪਈ ਹੋਣੀ ਆ,
ਸਾਰੀ ਠੀਕ ਹੈ ਜੀ। ਅਤੇ ਇਹ ਮੰਡੀ ਆ ਕਾਫੀ ਵੱਡੀ ਆ ਮੰਡੀ, ਇੱਥੇ ਜਗਰਾਤਾ ਵੀ ਇੱਥੇ ਵੀਰੋ ਜਗਰਾਤਾ ਹੋਈ ਬਹੁਤ ਵੱਡੇ ਪੱਧਰ 'ਤੇ ਹੁੰਦਾ ਨਾ, ਬਹੁਤ ਹੀ ਸੋਹਣਾ ਦਰਬਾਰ ਸੱਜਦਾ ਇੱਥੇ ਮਾਤਾ ਜੀ ਦਾ, ਠੀਕ ਹੈ ਜੀ। ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਲੋਕ ਆਉਂਦੇ ਆ ਸਾਰੇ ਹੀ, ਹੈ ਨਾ, ਜਿੰਨੇ ਵੀ ਆਪਣੇ ਵੀਰ ਆ, ਠੀਕ ਹੈ ਜੀ। ਮੰਡੀ ਵੀ ਕਾਫੀ ਵੱਡੀ ਆ, ਇਹ ਛੋਟੀ ਨਹੀਂ ਮੰਡੀ, ਬਹੁਤ ਜਾਣੀ ਕੁ ਵੱਡੀ ਹੈ ਨਾ। ਅਤੇ ਇੱਧਰ ਏਜੰਸੀ ਆ ਵੀਰੋ, ਇਹ ਪ੍ਰਾਈਵੇਟ ਏਜੰਸੀ ਆ, ਮੂਹਰੇ ਹੈਗੀ ਆ ਜਿਹੜੀ ਜਿੱਦਾਂ ਸਿਲੰਡਰ ਏਜੰਸੀ ਹੈ ਨਾ, ਉੱਧਰ ਮੂਹਰੇ ਹੈਗੀ ਆ ਇੰਡੀਅਨ ਏਜੰਸੀ ਸਿਲੰਡਰਾਂ ਵਾਲੀ, ਠੀਕ ਹੈ ਜੀ। ਅਤੇ ਆਹ ਵਿਚਾਰੇ ਬੈਠੇ ਝੁੱਗਿਆਂ ਵਾਲੇ ਵੀਰ, ਠੀਕ ਹੈ ਜੀ। ਅਤੇ ਆਹ ਇੱਧਰ ਇੰਡੀਅਨ ਆ ਏਜੰਸੀ ਸਿਲੰਡਰਾਂ ਵਾਲੀ, ਠੀਕ ਹੈ ਜੀ, ਜਿੱਥੋਂ ਸਿਲੰਡਰ ਬੁਕਿੰਗ ਹੁੰਦੇ ਆ, ਹੈ ਨਾ। ਉਹ ਸਾਹਮਣੇ ਕਲੱਬ ਆ ਸਾਡੇ ਪਿੰਡ ਵਾਲਿਆਂ ਦਾ, ਆਹ ਛੋਟੇ ਹਾਥੀ ਦੇ ਪਿੱਛੇ ਇੱਥੇ ਉਹ ਸਕੂਟਰੀ ਖੜ੍ਹੀ ਆ ਨਾ, ਇਹ ਕਲੱਬ ਆ ਮੰਡੀ ਦੇ ਵਿੱਚ, ਇੱਥੇ ਵੀ ਆਲੇ ਦੁਆਲੇ ਪਿੰਡਾਂ 'ਚ ਆਉਂਦੇ ਆ, ਠੀਕ ਹੈ ਜੀ। ਆਹ ਦੇਖੋ ਇੱਧਰ ਖਾਣਾ ਬਾਣਾ ਬਣਾ ਰਹੇ ਆ ਆਪਣਾ, ਇੱਧਰ ਵੀ ਬੈਠੇ ਆ, ਇੱਧਰ ਵੀ ਆਪਣਾ ਯਾਨੀ ਕਿ ਖਾਣ ਪੀਣ ਵਾਲਾ ਬਣਾਉਣ ਜਿਹੜੇ ਲੋਕ ਆਉਂਦੇ ਆ ਕੰਮ ਕਰਨ, ਝੁੱਗੀਆਂ ਵਾਲੇ ਸਾਰੇ, ਠੀਕ ਹੈ ਜੀ। ਅਤੇ ਮੂਹਰੇ ਹੁਣ ਸੁਭਰਾ ਸੈਂਟਰ ਆ ਜਾਣਾ ਆ, ਨਾਲੇ ਹੋਸਪਿਟਲ ਆ ਮੰਡੀ ਦੇ ਵਿੱਚ, ਠੀਕ ਹੈ, ਨਾਲੇ ਹੋਸਪਿਟਲ ਆ, ਉਹਦੇ ਸੁਭਰਾ ਸੈਂਟਰ ਆ। ਇੱਥੇ ਵੀ ਆਲੇ ਦੁਆਲੇ ਪਿੰਡਾਂ 'ਚੋਂ ਲੋਕ ਕੰਮ ਕਰਾਉਣ ਆਉਂਦੇ ਆ ਨਾ ਸਾਰੇ। ਇਹ ਮੰਡੀ ਦਾ ਜਾਣੀ ਕਿ ਦੂਜਾ ਗੇਟ ਆ, ਪਹੁੰਚਾ ਇੱਕ ਪਹਿਲੇ ਗੇਟ ਤੋਂ ਬਣੇ ਆ, ਦੂਜੇ ਸਾਈਡ ਵਾਲਾ ਆਪਾਂ ਆ ਗਏ ਹਾਂ, ਠੀਕ ਹੈ ਜੀ। ਅਤੇ ਆਹ ਸੁਭਰਾ ਸੈਂਟਰ ਆ ਵੀਰੋ ਗਰਾਇਆ ਸ਼ਹਿਰ ਦਾ, ਇਹ ਕਈਆਂ ਪਿੰਡਾਂ ਨੂੰ ਲੱਗਦਾ ਜਿੱਦਾਂ ਮਾਲਾ ਤਲੀਤਾ ਬੜਾ ਪਿੰਡ ਮਾ ਪੱਟਾ ਗੁਰਾਇਆ ਸ਼ਹਿਰ, ਠੀਕ ਹੈ ਜੀ। ਢੇਸੀਆਂ ਵਗੈਰਾ ਹੋਰ ਕਈ ਪਿੰਡ, ਆਹ ਹੋਸਪਿਟਲ ਹੈ ਵੀਰੋ ਗਿਆਨ ਚੰਦ ਜੀ ਦਾ, ਹੈ ਨਾ। ਅਤੇ ਆਹ ਗੇਟ ਆ ਦੂਜਾ, ਆਹ ਗ੍ਰਹਿਣ ਰੋਡ ਜਾ ਰਿਹਾ ਆ, ਆਹ ਵੀਰੋ ਉੱਪਰਿਆਂ ਨੂੰ ਜਾਂਦਾ, ਬੜੇ ਰੁੜਕੇ ਬੜੇ ਪਿੰਡ 'ਚੋਂ ਧਲੇਤੇ 'ਚੋਂ ਹੋ ਗਏ ਉੱਪਰੇ ਨੂੰ ਜਾਂਦਾ, ਠੀਕ ਹੈ ਜੀ। ਇੱਧਰੋਂ ਬੱਸ ਜਾਂਦੀ ਆ ਉੱਪਰੇ ਏਰੀਏ ਨੂੰ, ਹੈ ਨਾ, ਉੱਪਰੇ ਦੇ ਸ਼ਹਿਰ ਦੇ ਵਿੱਚ ਇੱਧਰੋਂ ਬੱਸ ਜਾਂਦੀ ਆ, ਹੈ ਨਾ। ਸਾਰਾ ਹੀ ਮੂਹਰੇ ਸੋਨੀ ਏਜੰਸੀ ਆ ਵੀ ਮੋਟਰਸਾਈਕਲਾਂ ਵਾਲੀ, ਠੀਕ ਹੈ ਜੀ। ਏਜੰਸੀ ਆ ਮੋਟਰਸਾਈਕਲਾਂ ਦੀ ਸੋਨੀ ਏਜੰਸੀ, ਇਹ ਵੀ ਕਾਫੀ ਵੱਡੇ ਪੱਧਰ 'ਤੇ ਆ, ਠੀਕ ਹੈ ਜੀ। ਅਤੇ ਇਹਨਾਂ ਦੇ ਦੋ ਜਿੱਦਾਂ ਕਹਿ ਦੀ ਏਜੰਸੀਆਂ, ਹੈ ਨਾ। ਅਤੇ ਇਹ ਆਪਾਂ ਰੁੜਕਿਆਂ ਨੂੰ ਰਾਹ ਜਾਂਦਾ ਆ, ਠੀਕ ਹੈ ਜੀ। ਰੁੜਕਾ ਬੜਾ ਪਿੰਡ ਧਲੇਤਾ, ਸਾਰਿਆਂ ਨੂੰ ਪਿਆਰ ਭੇਜ, ਸਤਿ ਸ਼੍ਰੀ ਅਕਾਲ, ਸ਼ੇਅਰ ਜ਼ਰੂਰ ਕਰ ਦਿਓ, ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਇਹ ਲੱਗੀ ਵੀਰੋ ਵੀਡੀਓ, ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਬੋਲਣ ਦੇ ਵਿੱਚ ਕੋਈ ਗਲਤੀ ਹੋ ਗਈ, ਠੀਕ ਹੈ ਜੀ। ਉਹ ਵੀ ਮਾਫ਼ ਕਰਿਓ, ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਹ ਚੀਜ਼ ਤੋਂ ਗਲਤੀ ਹੋ ਗਈ ਵੀਰ, ਠੀਕ ਹੈ ਜੀ। ਇਹਨੂੰ ਮਾੜਾ ਜਿਹਾ ਸੁਧਾਰ ਜਾਂ ਵੀਡੀਓ ਨੂੰ ਸੁਧਾਰ, ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਜੀ, ਟੱਕਰਦੇ ਹਾਂ ਅਗਲੇ ਬਲੌਗ ਦੇ ਵਿੱਚ, ਸਤਿ ਸ਼੍ਰੀ ਅਕਾਲ।